1.5-2 lakh rupees ਮੰਗਿਆ ਡਾਕਟਰ ਨੇ ਔਰ 3100 rupees ਦੇ ਵਿੱਚ ਇਹ ਬੱਚਾ ਠੀਕ ਹੋ ਗਿਆ ਜਾ ਗਿਆ ਤੇ ਮਾਂ ਦੁਆਵਾਂ ਦੇ ਇਦਾਂ ਦੀ ਵੀਡੀਓ ਤੁਸੀਂ ਕਿਉਂ ਨਹੀਂ ਘਰ ਘਰ ਪਹੁੰਚਾਉਂਦੇ ਜਿਹੜੀਆਂ ਨਹੀਂ ਪਹੁੰਚਾਣੀਆਂ ਚਾਹੀਦੀਆਂ ਉਹ ਬਿਨ ਮੰਗੇ ਪਹੁੰਚਾਦੇ ਨੇ ਤੇ ਜਿਹੜੀਆਂ ਪਹੁੰਚਾਣੀਆਂ ਚਾਹੀਦੀਆਂ ਤੁਸੀਂ ਉਹ ਪਹੁੰਚਾਉਂਦੇ ਨਹੀਂ ਇਹਦੇ ਵਿੱਚ ਤਾਂ ਕੋਈ ਸੋਹਣਾ ਜਿਹਾ ਮੁੰਡਾ ਲੱਗ ਰਿਹਾ ਉਹਨਾਂ ਮੈਂ ਪ੍ਰਾਪਰਟੀ 'ਚ ਕੋਈ ਹਿੱਸਾ ਨਹੀਂ ਲਊਂਗਾ ਕਿੰਨੀ ਉਮਰ ਤੇਰੀ 13 ਮੇਰੀ 14 ਅੰਕਲ ਹੋਇਆ ਤੁਹਾਡਾ ਛੋਟਾ ਭਰਾ ਹੈ ਤੁਹਾਡਾ ਬੇਟਾ ਕਿੱਦਾਂ ਆੜੀ ਕੀ ਨਾਮ ਤੇਰਾ ਪਹਿਲਾਂ ਦੱਸ ਅੰਕਲ ਕਿਹੜੇ ਐਂਗਲ ਤੋਂ ਲੱਗਦਾ ਮੈਂ ਟੋਪੀ ਲਾ ਕੇ ਦੇਖੀ ਅੰਕਲ ਮੈਂ ਛੋਟਾ ਵੱਡਾ ਭਰਾ ਹਾਂ ਤੇਰਾ ਕਿੰਨੀ ਉਮਰ ਤੇਰੀ 13 ਮੇਰੀ 14 ਅੰਕਲ ਹੋਇਆ ਵਾਹਿਗੁਰੂ ਕੀ ਹੋਇਆ ਸੀਗਾ ਇਹਨੂੰ ਅੱਛਾ ਪੌੜੀਆਂ 'ਚੋਂ ਡਿੱਗ ਗਿਆ ਸੀ ਅੱਛਾ ਫਿਰ ਕਿੰਨੇ ਪੈਸੇ ਮੰਗੇ ਡਾਕਟਰ ਨੇ ਤਾਂ ਇਲਾਜ ਕਰਨ ਵਾਸਤੇ ਦੇਖੋ ਜੀ ਆਹ ਪੇਸ਼ੈਂਟ ਦੇ ਟ੍ਰੀਟਮੈਂਟ ਦੇ ਲਈ 1.5-2 lakh rupees ਮੰਗਿਆ ਡਾਕਟਰ ਨੇ ਔਰ 3100 rupees ਦੇ ਵਿੱਚ ਇਹ ਬੱਚਾ ਠੀਕ ਹੋ ਗਿਆ ਜਾ ਗਿਆ ਤੇ ਮਾਂ ਦੁਆਵਾਂ ਦੇਣ ਆਈ ਹੈ ਇਹ ਵੀਡੀਓ ਇਦਾਂ ਦੀ ਵੀਡੀਓ ਤੁਸੀਂ ਕਿਉਂ ਨਹੀਂ ਘਰ ਘਰ ਪਹੁੰਚਾਉਂਦੇ ਜਿਹੜੀਆਂ ਨਹੀਂ ਪਹੁੰਚਾਣੀਆਂ ਚਾਹੀਦੀਆਂ ਉਹ ਬਿਨ ਮੰਗੇ ਪਹੁੰਚਾਦੇ ਨੇ ਤੇ ਜਿਹੜੀਆਂ ਪਹੁੰਚਾਣੀਆਂ ਚਾਹੀਦੀਆਂ ਤੁਸੀਂ ਉਹ ਪਹੁੰਚਾਉਂਦੇ ਨਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਪਹਿਲਾਂ ਤਾਂ ਚਲੋ ਮੈਂ ਗੁਰਸਭਾ ਅੱਗੇ ਅਰਦਾਸ ਕਰਨਾ ਚਾਹੁੰਦਾ ਕਿ ਕਿਸੇ ਨੂੰ ਇੱਥੇ ਆਉਣਾ ਹੀ ਨਾ ਪਵੇ ਪੰਜਾਬ ਦੀਆਂ NGOs ਬੰਦ ਹੋ ਜਾਣ ਲੋਕਾਂ ਨੂੰ ਹੱਥ ਅੱਡਣੇ ਨਾ ਪੈਣ ਸਰਕਾਰਾਂ ਦੇ ਸਿਸਟਮ ਠੀਕ ਹੋਣ ਪਰ ਜਦੋਂ ਤੱਕ ਉਹ ਠੀਕ ਨਹੀਂ ਹੁੰਦਾ ਇੱਕ ਤਾਂ ਅਸੀਂ ਸਿਸਟਮ ਨਾਲ ਲੜੀਏ ਦੂਜਾ ਇਸ NGO ਦੇ ਥਰੂ ਮਦਦ ਲੈ ਸਕੀਏ ਅਸੀਂ ਇਹ ਵੀ 3100 rupees ਕੋਲੋਂ ਨਹੀਂ ਦਿੱਤਾ ਡੋਨਰਾਂ ਨੇ ਦਿੱਤਾ ਪਰ ਇੱਕ 1.5 lakh rupees ਵਾਲਾ ਇਲਾਜ ਜਿਹੜੇ ਲੁਧਿਆਣੇ ਪ੍ਰਾਈਵੇਟ ਹਸਪੀਟਲ ਨੇ 1.5 lakh ਮੰਗਿਆ 3100 rupees 'ਚ ਠੀਕ ਹੋ ਗਿਆ ਜਾ ਕੇ ਕਿੰਨੀਆਂ ਅਸੀਸਾਂ ਦਿੰਦੇ ਹੋਈਆਂ ਮਾਂ ਦਿਲੋਂ ਮੈਂ ਬੇਨਤੀ ਕਰਨਾ ਚਾਹੁੰਦਾ ਵੈਸੇ ਤਾਂ ਖੁਦਾ ਕਰੇ ਕਿਸੇ ਦੀ ਮਾਂ ਦੇ ਪੁੱਤ ਨੂੰ ਕੋਈ ਤੱਤੀ ਵਾਹ ਨਾ ਲੱਗੇ ਪਰ ਜੇ ਕੋਈ ਦਿੱਕਤ ਆਉਂਦੀ ਹੈ ਪਲੀਜ਼ ਸਾਡੇ ਨੰਬਰਾਂ 'ਤੇ ਕਾਲ ਕਰਕੇ ਸਾਨੂੰ ਮਿਲ ਲਿਆ ਕਰੋ ਔਰ ਸਾਡੇ ਕੋਲ ਗਾਈਡੈਂਸ ਲੈ ਕੇ ਜਿਹੜਾ ਆਪਣਾ ਕਿੰਨੇ ਦਿਨ ਐਡਮਿਟ ਰਿਹਾ ਦੀਦੀ ਫਿਰ PGI ਉੱਥੇ ਕੋਈ ਦਿੱਕਤ ਤਾਂ ਨਹੀਂ ਆਈ ਸਭ ਠੀਕ ਰਿਹਾ ਚਲੋ ਪਰਮਾਤਮਾ ਨੂੰ ਤੰਦਰੁਸਤੀ ਦੇਵੇ ਠੀਕ ਹੈ ਆੜੀ ਕੌਣ ਆ ਫਿਰ ਮੈਂ ਹੁਣ ਭਾਜੀ ਅੰਕਲ ਨਹੀਂ ਕਹਿਣਾ ਠੀਕ ਹੈ ਥੈਂਕ ਯੂ ਧੰਨਵਾਦ ਜੀ ਧੰਨਵਾਦ ਜੀ ਬਹੁਤ ਸ਼ੁਕਰੀਆ ਆਪਕਾ ਜੀ ਆਪ ਹਮੇ ਯਹਾਂ ਪਰ ਆਸ਼ੀਰਵਾਦ ਦੇਣੇ ਆਏ ਹੋ ਇਹ ਬਹੁਤ ਬੜੀ ਬਾਤ ਹੈ ਔਰ ਭਗਵਾਨ ਆਪਕੋ ਤੰਦਰੁਸਤੀ ਦੇ ਆਪ ਐਸੇ ਹੀ ਸੇਵਾ ਕਰਤੇ ਰਹੋ ਨਹੀਂ 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 ਫਿਰ ਆਪ ਆਸ਼ੀਰਵਾਦ ਹਮੇ ਕੈਸੇ ਦੋਗੇ ਅਗਰ ਚੈੱਕ ਲੈ ਲੇਂਗੇ ਯਹਾਂ ਦੇਣੇ ਕੇ ਲੀਏ ਸਿਰ ਪੇ ਹੱਥ ਰੱਖਣਾ ਦੇਣਾ ਬੜਾ ਸ਼ੁਕਰੀਆ ਬੜਾ ਸ਼ੁਕਰੀਆ ਭਗਵਾਨ ਆਪਕੋ ਖੁਸ਼ੀਆਂ ਦੇ ਆਪਕੇ ਘਰ ਮੇਂ ਥੈਂਕ ਯੂ ਜੀ ਥੈਂਕ ਯੂ ਭਾਜੀ ਸਿੰਘ ਬਹੁਤ ਸਾਰੇ ਬਲੇਸਿੰਗਸ ਥੈਂਕ ਯੂ ਇਤਨਾ ਅੱਛਾ ਕੰਮ ਕਰਤੇ ਹੋ ਆਪ ਸੱਚ ਮੇਂ ਮੈਂ ਆਪਕੀ ਵੀਡੀਓ ਦੇਖਤੀ ਹੂੰ ਕਈ ਵਾਰ ਮੈਂ ਰੋ ਵੀ ਪੜਤੀ ਹੂੰ ਮੈਂ ਜ਼ਿਆਦਾ ਇਮੋਸ਼ਨਲ ਹੂੰ ਆਪਕੋ ਖੁਸ਼ਖਬਰੀ ਦੇਤੇ ਹਾਂ ਆਪ ਆਇਓ ਨਾ ਤੋ ਯਹਾਂ ਪੇ ਕਿੱਧਰ ਗਿਆ ਪੇਸ਼ੈਂਟ ਜਿਹੜਾ ਲੈ ਕੇ ਆਇਆ ਹੂੰ ਉਹ ਐਂਬੂਲੈਂਸ ਅਭੀ ਦੇਖੋ ਇੱਕ ਪੇਸ਼ੈਂਟ ਆਇਆ ਉਸਕਾ ਡਾਕਟਰ ਨੇ 1.5 lakh rupees ਮੰਗਾ ਤਾ ਆਪਰੇਸ਼ਨ ਕਰਨੇ ਕਾ ਇਨਕੋ PGI ਭੇਜਾ 3100 rupees ਮੇਂ ਠੀਕ ਹੋ ਕੇ ਆ ਗਏ ਯਹਾਂ ਪਰ ਥੈਂਕ ਯੂ ਕਰਨੇ ਆਇਆ ਆਪਰੇਸ਼ਨ ਹੋ ਗਿਆ ਤੋ ਇਹ ਸਭ ਆਪ ਲੋਗੋਂ ਕੀ ਦੁਆਓਂ ਕੀ ਵਜ੍ਹਾ ਸੇ ਹੀ ਹੈ ਆਪ ਐਸੇ ਹੀ ਅਰੇ ਆਪ ਆ ਰਹੇ ਹੋ ਆਪਕੀ ਐਫਰਟਸ ਹੈ ਹਮੇ ਤੋ ਹਮਨੇ ਤੋ ਵੀਡੀਓ ਦੇਖੀ ਔਰ ਦੇਖ ਕੇ ਬਸ ਉਹ ਸਕਰੋਲ ਕਰ ਦਿਆ ਆ ਗਏ ਬਟ ਆਪਕੀ ਬਹੁਤ ਜ਼ਿਆਦਾ ਹਿੰਮਤ ਹੈ ਆਪ ਆਏ ਹੋ ਮਾਰੇ ਲਈ ਯਹੀ ਬਹੁਤ ਹੈ ਮੇਰਾ ਮੇਰਾ ਬੇਟਾ ਹੈ ਉਹ 23 ਸਾਲ ਕਾ ਹੈ ਅੱਛਾ ਜੀ ਆਪ 26 ਸਾਲ ਕੇ ਹੋ ਲੇਕਿਨ ਮੈਂ ਆਪਣੇ ਬੱਚੇ ਕੋ ਦੇਖਤੀ ਹੂੰ ਪਰ ਮੈਂ ਕਹਤੀ ਹੂੰ ਕਿ ਆਪਕੀ ਸੱਚ ਮੇਂ ਬਹੁਤ ਬਹੁਤ ਜ਼ਿਆਦਾ ਹਮ ਵੀ ਆਪਕੇ ਬੱਚੇ ਹੀ ਹੈ ਉਹ ਹਸ ਰਹਾ ਹੈ ਐਕਚੁਅਲੀ ਬੱਚੇ ਇਹ ਪੜ੍ਹਾਈ ਮੇਂ ਲਗੇ ਰਹੇ ਅਰੇ ਜੈਸਾ ਉਸ ਮੇਂ ਗਿਆ ਨਹੀਂ ਪੜ੍ਹਾਈ ਵੀ ਜ਼ਰੂਰੀ ਹੈ ਸਮਝਣ ਕੀ ਬਾਤ ਅਗਰ ਆਪ ਵੀ ਮੁਝੇ ਆਪਣਾ ਬੱਚਾ ਸਮਝ ਲਓ ਮੈਨੇ ਕਹਿੰਦਾ ਹਿੱਸਾ ਲੈਣਾ ਮੈਂ ਆਪਕਾ ਬੱਚਾ ਹੀ ਹੂੰ ਮੈਂ ਸਾਰੀ ਮਾਓ ਕੋ ਬੋਲਤਾ ਕਿ ਮੇਰੇ ਕੋ ਬੱਚਾ ਬਣਾ ਲਓ ਆਪਣਾ ਮੈਂ ਪ੍ਰਾਪਰਟੀ ਮੇਂ ਕੋਈ ਹਿੱਸਾ ਨਹੀਂ ਲਊਂਗਾ ਤੋ ਆਪ ਬਸ ਦੁਆਓਂ ਮੇਂ ਹਿੱਸਾ ਦੋ ਹਾਂ ਆਪ ਐਸੀ ਦੁਆਏ ਦੇਤੇ ਰਹੋ ਲੋਕੋਂ ਕਾ ਭਲਾ ਹੋਤਾ ਰਹੇ ਬਸ ਔਰ ਕਿਆ ਹੈ ਬੜਾ ਸ਼ੁਕਰੀਆ ਜੀ ਬੜਾ ਸ਼ੁਕਰੀਆ ਠੀਕ ਰੱਖੇ ਆਪ ਬਸ ਇਸੇ ਤਰ੍ਹਾਂ ਸੇਵਾ ਕਰਨੇ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ ਬੜਾ ਸ਼ੁਕਰੀਆ ਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਜੀ ਹਾਂਜੀ 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 ਆ ਜਾਓ ਆ ਜਾਓ ਆ ਜਾਓ ਲਓ ਫੋਨ ਦਿਓ ਆ ਜਾਓ ਜੀ ਆ ਜਾਓ ਇਧਰ ਹੀ ਆ ਜਾਓ ਜੀ ਇਹ ਤਾਂ ਕੋਈ ਸੋਹਣਾ ਜਿਹਾ ਮੁੰਡਾ ਲੱਗ ਰਿਹਾ